ਮੈਂ ਤੁਹਾਡਾ ਆਪਣਾ ਐਸ ਕੇ ਸਕਸੈਨਾ ਤਾਂ ਤੁਸੀਂ ਦੇ ਨਾਲ ਲਾਈਵ ਕਰਕੇ ਸਭ ਤੋਂ ਫਾਸਟ ਆਮਨੇ ਸਾਹਮਣੇ ਕਿਆ ਬਾਤ ਹੈ ਗਿੱਲ ਸਾਹਿਬ, ਇਹ ਤਪੱਸਿਆ ਜਿਹੀ ਨਾ, ਇਹ ਉੱਦਾਂ ਨਹੀਂ ਜਾਣੀ, ਇਹ ਕੋਈ ਨਾ ਕੋਈ ਉੱਥੋਂ ਲੈ ਕੇ ਜਾਣਾ ਤੁਸੀਂ। ਸਾਡੇ ਜਿੰਨੇ ਵੀ ਪੱਧਰੀ ਸਾਹਿਬ ਸ਼ੰਮੀ ਜੀ, ਇਹ ਤਾਂ ਹੀ ਤਾਂ ਸਾਡੇ ਇੱਥੋਂ ਪਿੱਛਾ ਨਹੀਂ ਸਕਦੇ, ਇੱਥੋਂ ਬਾਬਿਆਂ ਤੋਂ ਬਹੁਤ ਕੁਛ ਮਿਲਦਾ। ਇੱਧਰ ਵੀ ਸਾਡੇ ਮਹਾਂਪੁਰਸ਼ ਬੈਠੇ ਆ, ਹਾਂਜੀ, ਸਾਡੇ ਬਾਬਾ ਰਾਣੀ ਸ਼ਾਹ ਜੀ, ਬਾਬਾ ਸੋਢੀ ਸ਼ਾਹ ਜੀ, ਬਾਬਾ ਪਿੱਟੇ ਸ਼ਾਹ ਜੀ ਅਤੇ ਬਾਬਾ ਵਿਜੇ ਜੀ ਦੇ ਅਤੇ ਸਾਰੇ ਵੀਰ ਕਲਾਕਾਰ, ਵੀਰ ਅੱਜ ਕਲਾਕਾਰ ਨਹੀਂ ਜੀ, ਅਸੀਂ ਆਪਣੀ ਫੈਮਿਲੀ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਅਤੇ ਧੰਨ ਧੰਨ ਵੀਰ ਬਾਬਾ ਰਤਨ ਸ਼ਾਹ ਜੀ ਦੇ ਦਰਬਾਰ 'ਤੇ ਜਕਾਰਾ ਬੋਲ ਜਾਣਾ ਜੀ, ਇਹ ਜਕਾਰਾ ਵੀਰ ਬਾਬਾ ਰਤਨ ਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ। ਅਤੇ ਸਾਡੇ ਰੱਖ ਲਓ ਤੁਸੀਂ ਕੋਈ ਨਹੀਂ ਸਾਡੇ ਵੱਲ ਪਲੀਜ਼ ਸਰ। ਅਤੇ ਡਿਊਟ ਗਾਣਿਆਂ 'ਤੇ ਸ਼ੁਰੂ ਕਰਦੇ ਹਾਂ ਜੀ, ਬਾਬਾ ਜੀ ਦੇ ਨਾਂ ਦਾ ਆਪਾਂ ਜਕਾਰਾ ਲਾ ਦਿੱਤਾ ਕਿਉਂਕਿ ਭਾਜੀ ਨੇ ਬਿੱਟੂ ਭਾਜੀ ਕਹਿ ਰਹੇ ਜੂਟ ਗਾਣੇ ਸੁਣਾਉਂਦੇ ਅਤੇ ਗੱਲ ਕਰਦੇ ਜੀ, ਰਿਸ਼ਤੇਦਾਰੀਆਂ ਦੀ ਗੱਲ ਕਰਨੀ ਆ ਆਪਾਂ, ਇਹ ਦਰਬਾਰੀ ਕਰ ਲਓ ਜੀ ਚੌਥੇ ਕਰ ਲਓ, ਰਿਸ਼ਤੇਦਾਰੀ ਦੀ ਗੱਲ ਕਰਦੇ, ਜੀਜੇ ਸਾਲੀ ਦੀ ਗੱਲ ਕਰਦੇ ਹਾਂ। ਇੱਕ ਸਾਲੀ ਨੇ ਮਿਊਜ਼ਿਕ ਦੀ ਐਮ ਏ ਕਰ ਲਈ ਹੈ, ਮਿਊਜ਼ਿਕ ਦੀ ਐਮ ਏ ਕਰ ਲਈ ਸਾਲੀ ਨੇ ਵਿਕਰ ਭਾਜੀ, ਅਤੇ ਆਪਣੇ ਜੀਜੇ ਨੂੰ ਕਹਿੰਦੀ ਮੇਰੀ ਟੇਪ ਕਰਾ ਦੇ ਅਤੇ ਮੈਂ ਵੀ ਅਖਾੜੇ ਲਾਇਆ ਕਰਾਂ ਅਤੇ ਪੈਸੇ ਕਮਾਵਾਂ। ਸੋ ਜੀਜਾ ਕੀ ਕਹਿੰਦਾ ਅਤੇ ਸਾਲੀ ਕੀ ਕਹਿੰਦੀ ਹੈ, ਅੱਜ ਦੇ ਲਸਾਣੀਏ ਜੀਜੇ ਦਾ ਦਿਲ ਜਿੱਤਨੀ, ਜੀਜੇ ਦਾ ਬਲਕਾਰ ਕੋਲੋਂ ਸਿੱਖ, ਉਹ ਪਹਿਲਾ ਸਾਲੀਏ ਜੀਜੇ ਦਾ ਦਿਲ ਜਿੱਤਨੀ, ਗਾਉਣਾ ਗਿੱਲ ਬਲਕਾਰ ਕੋਲੋਂ ਸਿੱਖਣੀ, ਗਾਉਣਾ ਗਿੱਲ ਬਲਕਾਰ ਕੋਲੋਂ ਸਿੱਖਣੀ, ਮਹੀਨਾ ਕੋਈ ਬਣਾ ਦੋ ਸਾਲੀਏ, ਤੂੰ ਵੀ ਕਰ ਲੈ ਰਿਆਜ ਤੁੰਨ ਤੁੰਨ ਕੇ। ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵਿਕਰ ਭਾਜੀ ਤੁੰਨ ਤੁੰਨ ਕੇ ਕਹਿੰਦੇ, ਕੋਈ ਕੰਮ ਕਰਨਾ ਤੇ ਤੁੰਨ ਤੁੰਨ ਕੇ ਕਰ ਲਓ ਤਾਂ ਕਿ ਕੋਈ ਧੋਖਾ ਨਾ ਖਾਧਾ ਜਾਵੇ, ਜੇ ਤੂੰ ਵੀ ਕਰ ਲੈ ਰਿਆਜ ਤੁੰਨ ਤੁੰਨ ਕੇ, ਮੈਂ ਕਸ਼ਟ ਕਰਾ ਦੂੰ ਸਾਰੀਏ, ਮੋਜ ਕੇ ਦੀ ਕਰ ਲਈ ਮੈਂ ਬਸ ਵੇ। Thank you.
ਤੁਨ ਤੁਨ ਕੇ ਟੱਕਰ ਸੱਜਣਾ ਤੂੰ ਸਾਜੀਏ ਛੱਡ ਦੇ ਦਾਰੂ ਨੂੰ ਗੋਲੀ ਮਾਰ ਚਾਹੁੰਦਾ ਵੀ ਮੈਂ ਮੀਆਂ ਬੀਬੀ ਦੀ ਗੱਲ ਹੈ ਜਿਸ ਨੂੰ ਦਿਸ਼ ਰੂ ਪਲੀਜ਼ ਬਿਨਾ ਸੋਚੇ ਇਹ ਕੀ ਦਿੱਤਾ ਆਖ ਜੱਟੀਏ ਨੇ ਬਿਨਾ ਸੋਚੇ ਇਹ ਕੀ ਦਿੱਤਾ ਆਖ ਜੱਟੀਏ ਨੇ ਕੁੰਡਾ ਦਿੱਤਾ ਆਖ ਨੇ ਕੁੰਡਾ ਖੋਲਦੇ ਨੀ ਪੱਟ ਤੂੰ ਚਕਾਠ ਜੱਟੀ ਜੇ ਤੂੰ ਮੈਨੂੰ ਕਰਦਾ ਪਿਆਰ ਜਾਨੇ ਵੇ ਪੀਣੀ ਛੱਡ ਦੇ ਦਾਰੂ ਨੂੰ ਗੋਲੀ ਮਾਰ ਜਾਨਵੇ
ਕੀ ਕਸਾਨੀ ਦੇ ਸੱਸਾ ਕੀ ਕਸਾਨੀ ਦੇ ਹਾਲਾਤ ਜੱਟੀਏ ਨਹੀਂ ਕੁੱਟਾ ਖੂਨ ਦੇ ਨਹੀਂ ਭੱਟੇ ਖੂਨ ਦੇ ਨਹੀਂ ਭੱਟੇ ਤੇ ਜਾ ਜੱਟੀਏ ਬੜੀ ਮਿਹਰਬਾਨੀ ਸੀ।